ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਕਰਨ ਸਿੰਘ, ਅਤੇ ਅੱਜ ਆਪਾਂ ਲੈ ਕੇ ਆਏ ਹਾਂ ਆਪਣੀ ਨਵੀਂ ਵੀਡੀਓ। ਅਤੇ ਅੱਜ ਜਿਹੜੀ ਚੀਜ਼ ਆਪਾਂ ਗੱਲ ਕਰਨੀ ਆ ਉਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਆਣ ਕੇ ਤੁਸੀਂ ਆਪਣੀ ਫੀਸ ਕਿਵੇਂ ਕੱਢਣੀ ਆ। ਅਤੇ ਵੀਡੀਓ ਦੇ ਐਂਡ 'ਚ ਤੁਹਾਨੂੰ ਮੈਂ ਇੱਕ ਟਿਪ ਵੀ ਦਊਂਗਾ, ਤਾਂ ਉਹ ਟਿਪ ਤੁਹਾਡੇ ਲਈ ਬਹੁਤ ਯੂਸਫੁਲ ਸਾਬਿਤ ਹੋਗੀ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਜਿਹੜੀ ਚੀਜ਼ ਦੀ ਹੁੰਦੀ ਆ ਉਹੀ ਹੁੰਦੀ ਹੈ ਕਿ ਆਪਣੀ ਫੀਸ ਆਪਾਂ ਕਿੱਦਾਂ ਕੱਢਣੀ ਆ ਨਾ, ਕਿਉਂਕਿ ਇੰਨਾ ਕੁਛ ਆਪਾਂ ਕਰਨਾ ਵਾ ਜਾ ਕੇ ਨਾ, ਆਪਣੇ ਘਰ ਦਾ ਕਿਰਾਇਆ, ਬੱਸ ਦਾ ਕਿਰਾਇਆ, ਫੋਨ ਦਾ ਬਿੱਲ, ਇੰਨਾ ਕੁਛ ਹੋਊਗਾ, ਤਾਂ ਉਹਦੇ ਵਿੱਚ ਆਪਾਂ ਆਪਦੀ ਫੀਸ ਕਿਵੇਂ ਕੱਢਾਂਗੇ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਚੀਜ਼ ਦੱਸਾਂਗੇ ਕਿ ਤੁਸੀਂ ਆਪਣੀ ਪਾਰਟ ਟਾਈਮ ਜੋਬ ਦੇ ਨਾਲ ਤੁਸੀਂ 20 ਘੰਟੇ ਕੰਮ ਕਰਕੇ ਆਪਣੀ ਫੀਸ ਕਿੱਦਾਂ ਕੱਢ ਸਕਦੇ ਹੋ। ਇਸ ਦੇ ਵਿੱਚ ਮੈਂ ਇਹ ਨਹੀਂ ਦੱਸੂੰਗਾ ਵੀ ਮੈਂ ਆਪਦੀ ਫੀਸ ਕਿਵੇਂ ਕੱਢੀ ਆ, ਇਹ ਵੀਡੀਓ ਸਿਰਫ ਤੁਹਾਡੇ ਲਈ ਆ ਵੀ ਤੁਸੀਂ ਆਪਦੀ ਫੀਸ ਕਿਵੇਂ ਕੱਢਣੀ ਆ, ਕਿਉਂਕਿ ਜਿਸ ਟਾਈਮ ਦੇ ਵਿੱਚ ਮੈਂ ਫੀਸ ਕੱਢੀ ਸੀ ਉਦੋਂ ਇਹ ਫੀਸਾਂ ਕੱਢਣੀਆਂ ਥੋੜ੍ਹੀਆਂ ਔਖੀਆਂ ਸੀਗੀਆਂ ਐਜ਼ ਕੰਪੇਅਰ ਟੂ ਅੱਜ, ਕਿਉਂਕਿ ਉਸ ਟਾਈਮ ਸਿਰਫ ਆਪਾਂ ਇੱਕ ਸਮੈਸਟਰ ਦੀ ਫੀਸ ਭਰਦੇ ਸੀਗੇ, ਬਟ ਹੁਣ ਤੁਸੀਂ ਇੰਡੀਆ ਤੋਂ 2 ਸਮੈਸਟਰ ਦੀ ਫੀਸ ਭਰ ਕੇ ਆਉਂਦੇ ਹੋ, ਤਾਂ ਇਹ ਥੋੜ੍ਹਾ ਜਿਹਾ ਈਜ਼ੀ ਹੋ ਗਿਆ ਵਾ। ਅਤੇ ਅੱਜ ਆਪਾਂ ਗੱਲ ਕਰਾਂਗੇ ਪਾਰਟ ਟਾਈਮ ਜੋਬ ਦੇ ਨਾਲ ਕੈਨੇਡਾ ਦੇ ਵਿੱਚ ਕਿੱਦਾਂ ਆਪਣੀਆਂ ਫੀਸਾਂ ਕੱਢੀਆਂ ਜਾਂਦੀਆਂ ਨੇ, ਅਤੇ ਅੱਜ ਵੇਖਦੇ ਹਾਂ ਆਪਾਂ ਅੱਜ ਦੀ ਵੀਡੀਓ। ਕੈਨੇਡਾ ਵਿੱਚ ਪਹਿਲੇ ਦਿਨ ਤੋਂ ਬਾਅਦ ਹੀ ਤੁਹਾਨੂੰ ਆਪਣੀ ਫੀਸ ਦੇ ਬਾਰੇ ਸੋਚਣਾ ਜਿਹੜਾ ਵਾ ਸ਼ੁਰੂ ਕਰਨਾ ਪੈਂਦਾ ਵਾ ਵੀ ਹਾਂ ਮੈਂ ਆਪਦੀ ਫੀਸ ਭਰਨੀ ਆ। ਪਹਿਲਾਂ ਤਾਂ ਤੁਹਾਡੇ ਮਾਇੰਡ 'ਚ ਇੱਕ ਬਹੁਤ ਵੱਡਾ ਇਹ ਵਹਿਮ ਆ, ਜਿਹੜਾ ਸਭ ਤੋਂ ਵੱਡਾ ਵਹਿਮ ਹਰ ਇੰਡੀਅਨ ਦੇ ਮਾਇੰਡ ਦੇ ਵਿੱਚ ਇਸ ਟਾਈਮ ਹੈਗਾ ਵਾ ਕਿ ਕੈਨੇਡਾ ਦੇ ਵਿੱਚ ਸਾਲ ਦੇ ਵਿੱਚ 2 ਸਮੈਸਟਰ ਹੁੰਦੇ ਨੇ, ਕਿਉਂਕਿ ਇੰਡੀਆ ਦੇ ਵਿੱਚ ਆਪਾਂ ਸਾਲ ਦੇ ਵਿੱਚ 2 ਸਮੈਸਟਰ ਕਰਦੇ ਹਾਂ, ਬਟ ਕੈਨੇਡਾ ਦੇ ਵਿੱਚ 1 ਸਾਲ ਦੇ ਵਿੱਚ 3 ਸਮੈਸਟਰ ਹੁੰਦੇ ਨੇ, ਤਾਂ ਤੁਸੀਂ 1 ਸਾਲ ਦੇ ਵਿੱਚ 3 ਫੀਸਾਂ ਭਰਨੀਆਂ ਨੇ ਨਾ ਕਿ 2। ਪਹਿਲਾਂ ਆਪਣੇ ਮਾਇੰਡ ਦੇ ਵਿੱਚ ਇਹ ਗੱਲ ਬਿਠਾ ਲਓ ਕਿ ਫੀਸਾਂ 3 ਹੁੰਦੀਆਂ ਨੇ 1 ਸਾਲ ਦੇ ਵਿੱਚ ਨਾ ਕਿ 2, ਤਾਂ ਇਸ ਗੱਲ ਦਾ ਥੋੜ੍ਹਾ ਤੁਸੀਂ ਰੱਖਣਾ ਵਾ ਧਿਆਨ ਕਿ 1 ਸਾਲ ਦੇ ਵਿੱਚ ਤੁਸੀਂ 3 ਫੀਸਾਂ ਭਰਨੀਆਂ ਨੇ, ਜਨਵਰੀ, ਮੇ, ਸਪਤੰਬਰ, ਕਿਉਂਕਿ ਇੱਥੇ ਜਿਹੜਾ ਸਮੈਸਟਰ ਹੁੰਦਾ ਵਾ ਉਹ ਹੁੰਦਾ ਵਾ 4 ਮੰਥ ਦਾ, ਅਤੇ 4 ਮੰਥ ਬਾਅਦ ਤੁਹਾਡਾ ਨਵਾਂ ਸਮੈਸਟਰ ਸ਼ੁਰੂ ਹੋ ਜਾਂਦਾ ਵਾ ਇਨ ਕੈਨੇਡਾ, ਕਿਉਂਕਿ ਇੰਡੀਆ ਦੇ ਵਿੱਚ ਆਪਣਾ 6 ਮਹੀਨੇ ਦਾ ਇੱਕ ਸਮੈਸਟਰ ਹੁੰਦਾ ਵਾ, ਫਿਰ 6 ਮਹੀਨੇ ਦਾ ਹੁੰਦਾ ਵਾ ਜਿੰਨਾ ਕਿ ਮੈਨੂੰ ਪਤਾ ਹੋਣਾ, ਪਰ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਸਮੈਸਟਰ ਆ ਉਹ 4 ਮੰਥ ਦਾ ਹੁੰਦਾ ਵਾ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ 'ਚ ਨਵਾਂ ਸਮੈਸਟਰ ਸ਼ੁਰੂ ਹੋ ਜਾਂਦਾ ਵਾ, ਫਿਰ ਸਪਤੰਬਰ 'ਚ ਨਵਾਂ ਸ਼ੁਰੂ ਹੋ ਜਾਂਦਾ ਵਾ, ਇੱਦਾਂ ਕਰਕੇ ਇਹ ਰਿਪੀਟ ਟੂ ਰਿਪੀਟ ਲੂਪ ਆ ਉਹ ਚੱਲਦਾ ਰਹਿੰਦਾ ਵਾ, ਜਨਵਰੀ, ਮਈ, ਸਪਤੰਬਰ, ਜਨਵਰੀ, ਮਈ, ਸਪਤੰਬਰ, ਤਾਂ ਇੱਦਾਂ ਕਰਕੇ ਆਪਾਂ 3 ਸਮੈਸਟਰ ਦੀ ਫੀਸ 1 ਸਾਲ ਦੇ ਵਿੱਚ ਪੇ ਕਰਨੀ ਹੁੰਦੀ ਆ। ਜਿਹੜੀ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਕੋਈ ਕ੍ਰੈਡਿਟ ਕਾਰਡ ਨਹੀਂ ਯੂਜ਼ ਕਰਾਂਗੇ, ਆਪਣੀ ਫੀਸ ਜਿਹੜੀ ਆਪਾਂ ਬਿਨਾਂ ਕ੍ਰੈਡਿਟ ਕਾਰਡ ਤੋਂ ਪੇ ਕਰਾਂਗੇ, ਅਤੇ ਆਪਾਂ ਇਹਦੇ ਵਿੱਚ ਜਿਹੜਾ ਰੇਟ ਵਾ ਡਾਲਰਾਂ ਦਾ ਮੰਥਲੀ ਜਿਹੜਾ ਆਪਾਂ ਕਮਾਉਂਦੇ ਹਾਂ ਉਹ ਆਪਾਂ ਐਜ਼ ਟੋਰਾਂਟੋ ਦੇ ਅਕੋਰਡਿੰਗ ਚੱਲਾਂਗੇ ਸਾਰਾ, ਮਿਨੀਮਮ ਪੀਰੀਅਡ 14 ਲੈ ਕੇ ਚੱਲਾਂਗੇ ਵੀ, $14 ਦੇ ਨਾਲ ਤੁਸੀਂ ਆਪਣੀ ਫੀਸ 20 ਘੰਟੇ ਕੰਮ ਕਰਕੇ ਕਿੱਦਾਂ ਕੱਢਣੀ ਹੈ ਨਾ। ਇਹ ਜਿਹੜਾ ਪੂਰਾ ਪਲਾਨ ਵਾ ਉਹਦੇ ਅਕੋਰਡਿੰਗ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿ ਮੰਥਲੀ ਐਕਸਪੈਂਸਿਸ ਇੱਕ ਸਟੂਡੈਂਟ ਦੇ ਕਿੰਨੇ ਹੁੰਦੇ ਨੇ ਕੈਨੇਡਾ ਦੇ ਵਿੱਚ, ਉਹ ਵੀਡੀਓ ਤੁਸੀਂ ਉੱਪਰ ਜਾ ਕੇ ਦੇਖ ਲਓ ਜੇ ਤੁਸੀਂ ਨਹੀਂ ਦੇਖੀ, ਉਹਦੇ ਵਿੱਚ ਮੈਂ ਪੂਰਾ ਦੱਸਿਆ ਵਾ ਕਿ ਆਪਣੇ ਸਟੂਡੈਂਟਾਂ ਦੇ ਜਿਹੜੇ ਮੰਥਲੀ ਖਰਚੇ ਹੁੰਦੇ ਨੇ ਉਹ ਕਿੰਨੇ ਕੁ ਹੁੰਦੇ ਨੇ, ਹੈ ਨਾ, ਤਾਂ ਉਸ ਦੇ ਅਕੋਰਡਿੰਗ ਆਪਾਂ ਅੱਗੇ ਵੀਡੀਓ ਬਣਾਈ ਜੇ ਤੁਹਾਡੇ ਮੰਥਲੀ ਖਰਚੇ ਓਨੇ ਨੇ। ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਮੰਥਲੀ ਖਰਚੇ ਤੁਹਾਡੇ 700 ਤੋਂ ਘੱਟ ਹੁੰਦੇ ਨੇ, $700 ਤੋਂ ਘੱਟ ਹੁੰਦੇ ਤੁਹਾਡੇ ਖਰਚੇ, ਨੀਅਰ ਅਬਾਊਟ $680 ਬਣਦੇ ਨੇ। ਤਾਂ ਜੇ ਤੁਸੀਂ ਦੇਖਣਾ ਚਾਹੁੰਦੇ ਜਾ ਕੇ ਵੀ ਕਿਹੜੇ ਕਿਹੜੇ ਖਰਚੇ ਨੇ ਨਾ, ਤਾਂ ਉਹ ਤੁਸੀਂ ਉਹ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ, ਬਟ ਇਹਦੇ ਵਿੱਚ ਮੈਂ ਇੰਨਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਉਹੀ ਗੱਲਾਂ ਦੁਬਾਰਾ ਦੱਸ ਦੱਸ ਕੇ, ਤਾਂ ਇਸ ਲਈ ਆਪਾਂ ਹੁਣ ਸਿੱਧਾ ਆਪਣੇ ਮੁੱਦੇ 'ਤੇ ਆਉਂਦੇ ਹਾਂ। ਅਤੇ ਹੁਣ ਆਪਾਂ ਗੱਲ ਕਰਦੇ ਆਪਾਂ ਫੀਸ ਆਪਣੀ ਕੱਢਣੀ ਕਿੱਦਾਂ ਵਾ, ਅਤੇ ਇਹ ਸਿਰਫ ਉਹਨਾਂ ਸਟੂਡੈਂਟਸ ਲਈ ਆ ਜਿਨ੍ਹਾਂ ਕੋਲ ਕੋਈ ਗੱਡੀ ਨਹੀਂ ਹੈਗੀ, ਜਿਨ੍ਹਾਂ ਦੇ ਉੱਤੇ ਸਿਰਫ ਨੋਰਮਲ ਖਰਚੇ ਨੇ ਜਿਹੜੇ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਦੱਸੇ ਗਏ ਨੇ, ਅਤੇ ਉਹ ਸਟੂਡੈਂਟ ਆਪਣੀ ਫੀਸ ਇਸ ਤਰੀਕੇ ਨਾਲ ਨੋਰਮਲੀ ਕੱਢ ਸਕਦੇ ਨੇ ਬਿਨਾਂ ਕੋਈ ਜ਼ਿਆਦਾ ਸਟ੍ਰੈਸ ਲਏ। ਅਤੇ ਇੱਕ ਗੱਲ ਹੋਰ ਵਾ ਕਿ ਜਿਹੜੇ ਸਟੂਡੈਂਟਸ ਦਾ ਡਰੋਪ ਹੁੰਦਾ ਵਾ 2 ਸਮੈਸਟਰ ਤੋਂ ਬਾਅਦ 1 ਸਮੈਸਟਰ ਦਾ ਡਰੋਪ, ਉਹਨਾਂ ਲਈ ਫੀਸ ਕੱਢਣੀ ਕਾਫੀ ਹੱਦ ਤੱਕ ਬਹੁਤ ਈਜ਼ੀ ਹੋ ਜਾਂਦੀ ਆ, ਬਟ ਜਿਨ੍ਹਾਂ ਦਾ ਡਰੋਪ ਨਹੀਂ ਹੁੰਦਾ ਉਹਨਾਂ ਲਈ ਥੋੜ੍ਹੀ ਜਿਹੀ ਡਿਫਿਕਲਟ ਹੁੰਦੀ ਆ। ਅਤੇ ਆਪਾਂ ਬਿਨਾਂ ਡਰੋਪ ਵਾਲਿਆਂ ਦੀ ਗੱਲ ਕਰਾਂਗੇ, ਕਿਉਂਕਿ ਡਰੋਪ ਵਾਲੇ ਤਾਂ ਡਰੋਪ ਦੇ ਵਿੱਚ 4 ਮੰਥ ਫੁੱਲ ਟਾਈਮ ਕੰਮ ਕਰਕੇ ਆਪਣੀ ਫੀਸ ਈਜ਼ੀਲੀ ਕੱਢ ਸਕਦੇ ਨੇ ਜੇਕਰ ਉਹ ਮਿਹਨਤ ਕਰਨ। ਅਤੇ ਜੇ ਆਪਣੇ ਦੂਸਰੇ ਸਟੂਡੈਂਟ ਨੇ ਜਿਨ੍ਹਾਂ ਦਾ ਡਰੋਪ ਨਹੀਂ ਹੁੰਦਾ, ਆਪਾਂ ਉਹਨਾਂ ਬਾਰੇ ਅੱਜ ਗੱਲ ਕਰਾਂਗੇ, ਕਿਉਂਕਿ ਕਈ ਸਟੂਡੈਂਟਸ ਨੂੰ ਡਰੋਪ ਨਹੀਂ ਮਿਲਦਾ, ਕਈ ਕਾਲਜ ਜਿਹੜੇ ਨੇ ਉਹ ਡਰੋਪ ਨਹੀਂ ਦਿੰਦੇ, ਤਾਂ ਉਹਦੇ ਅਕੋਰਡਿੰਗ ਹੈ ਨਾ ਥੋੜ੍ਹੇ ਆਪਾਂ ਨੂੰ ਸਟ੍ਰੈਟਜੀ ਬਣਾਉਣੀ ਪੈਂਦੀ ਵੀ ਹਾਂ ਇਸ ਤਰੀਕੇ ਨਾਲ ਆਪਣਾ ਮਾਇੰਡ ਯੂਜ਼ ਕਰਨਾ ਆਪਣੀ ਫੀਸ ਪੇ ਕਰਨ ਦੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਫੀਸਾਂ ਤੁਸੀਂ ਭਰਨੀਆਂ ਕਿੱਦਾਂ ਨੇ। ਅਤੇ ਹਾਂਜੀ, ਜਿਹੜੇ ਸਟੂਡੈਂਟਸ ਹੁੰਦੇ ਨੇ ਉਹਨਾਂ ਦੀ 1 ਸਮੈਸਟਰ ਦੀ ਫੀਸ ਹੁੰਦੀ ਆ $7, ਅਤੇ $7 1 ਸਮੈਸਟਰ ਦੀ, ਅਤੇ ਦੂਜੇ ਸਮੈਸਟਰ ਦੀ $7, ਤਾਂ $14 ਫੀਸ ਪੇ ਕਰਨੀ ਆ ਤੁਸੀਂ ਕੈਨੇਡਾ ਦੇ ਵਿੱਚ ਆਣ ਕੇ। ਆਪਾਂ ਨੋਰਮਲ $7 ਰੇਟ ਲਾ ਲੈਂਦੇ ਹਾਂ, ਕਿੰਨੀ ਥੋੜ੍ਹੀ ਜ਼ਿਆਦਾ ਹੁੰਦੀ ਆ, ਕਿੰਨੀ ਥੋੜ੍ਹੀ ਜਿਹੀ ਘੱਟ ਹੁੰਦੀ ਆ, ਤਾਂ ਆਪਾਂ ਲਾਈਕ ਓਵਰਆਲ ਜੀ ਲਾ ਲੈਂਦੇ ਹਾਂ $7, ਹੈ ਨਾ, ਤਾਂ $7 ਫੀਸ ਤੁਸੀਂ ਲਾ ਕੇ ਚੱਲੋ ਆਪਦੀ। ਅਤੇ ਜੇ ਤੁਹਾਡੀ $7 ਫੀਸ ਵਾ ਤਾਂ ਉਹ ਤੁਸੀਂ ਕਿਵੇਂ ਪੇ ਕਰਨੀ ਆ, ਹੁਣ ਆਪਾਂ ਗੱਲ ਕਰਦੇ ਹਾਂ, ਸ਼ੁਰੂ ਕਰਦੇ ਹਾਂ ਜਨਵਰੀ ਬੈਚ, ਕਿਉਂਕਿ ਜਨਵਰੀ ਦੇ ਵਿੱਚ ਤੁਸੀਂ ਆਏ ਹੋ ਅਤੇ ਤੁਸੀਂ ਫੀਸ ਪੇ ਕਰਨੀ ਆ ਸਪਤੰਬਰ ਦੀ। ਤਾਂ ਤੁਹਾਡੇ ਕੋਲ ਜਨਵਰੀ ਅਤੇ ਮਈ 2 ਬੈਚ ਨੇ, 8 ਮਹੀਨੇ, 32 ਵੀਕ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੰਮ ਦੀ, ਤੁਸੀਂ 20 ਘੰਟੇ ਐਵਰੀ ਵੀਕ ਕੰਮ ਕਰਦੇ ਹੋ ਪਾਰਟ ਟਾਈਮ ਜੋਬ, ਤੁਹਾਨੂੰ ਮਿਨੀਮਮ ਮਿਲਦਾ ਵਾ
ਸਪਟੈਂਬਰ ਸਮੈਸਟਰ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ $8 ਤੁਸੀਂ ਕਮਾ ਲਿਆ ਆਪਣੀ ਪਾਰਟ ਟਾਈਮ ਜੋਬ ਤੋਂ, ਅਤੇ ਦੂਜੇ ਪਾਸੇ ਤੁਹਾਨੂੰ ਤੁਹਾਡੀ GIC ਆ ਰਹੀ ਆ $670 ਐਵਰੀ ਮੰਥ, ਤਾਂ ਉਹ ਜਿਹੜੇ $670 ਆ ਉਹ ਤੁਸੀਂ ਕਾਹਦੇ ਲਈ ਯੂਜ਼ ਕਰਨੇ ਆ, ਸਿਰਫ ਆਪਦੇ ਖਰਚਿਆਂ ਲਈ, ਜਿਹਦੇ ਵਿੱਚ ਤੁਹਾਡੇ ਘਰ ਦਾ ਰੈਂਟ, ਤੁਹਾਡੀ ਬੱਸ ਦਾ ਕਿਰਾਇਆ, ਤੁਹਾਡੇ ਖਾਣ ਪੀਣ ਦਾ ਕਿਰਾਇਆ ਨਾ, ਤੁਹਾਡੇ ਖਾਣ ਪੀਣ ਦਾ ਖਰਚਾ ਜੋ ਵੀ ਹੈਗਾ ਸਾਰਾ ਉਹ $670 ਦੇ ਨਾਲ ਹੀ ਤੁਸੀਂ ਪੂਰਾ ਕਰਨਾ ਵਾ। ਤੁਸੀਂ ਉਸ ਤੋਂ ਉੱਪਰ ਨਹੀਂ ਜਾ ਸਕਦੇ, ਤੁਸੀਂ ਉਸ ਤੋਂ ਘੱਟ ਨਹੀਂ ਜਾ ਸਕਦੇ, ਤੁਹਾਨੂੰ ਉਹਦੇ ਵਿੱਚ ਪੂਰਾ ਹੀ ਪੂਰਾ ਕਰਨਾ ਪਊਗਾ ਆਪਦਾ ਜਿਹੜਾ ਖਰਚਾ ਵਾ। ਠੀਕ ਹੈ ਜੀ, ਤਾਂ ਇੱਦਾਂ ਕਰਕੇ ਤੁਹਾਡਾ ਜਿਹੜਾ ਖਰਚਾ ਵਾ ਉਹ ਤੁਹਾਡੀ GIC ਤੋਂ ਚੱਲਦਾ ਰਹੂਗਾ, ਅਤੇ ਜਿਹੜਾ ਤੁਹਾਡਾ ਦੂਸਰਾ ਕੰਮ ਆ ਤੁਹਾਡੀ ਫੀਸ ਦੀ ਸਟ੍ਰੈਟਜੀ ਆ ਜਿਹੜੀ ਉਹ ਅੱਡ ਚੱਲਦੀ ਰਹੂਗੀ, ਜਿਹਦੇ ਨਾਲ ਤੁਸੀਂ ਉਹਦੀ ਫੀਸ ਕੱਢ ਸਕਦੇ ਹੋ। ਪਰ ਜੇ ਤੁਸੀਂ ਇਹ ਚੀਜ਼ਾਂ ਮਿਕਸਅਪ ਕਰਨ ਲੱਗ ਗਏ ਤਾਂ ਤੁਹਾਨੂੰ ਬਹੁਤ ਔਖਾ ਹੋ ਅੱਗੇ ਜਾ ਕੇ ਤੁਹਾਡੀ ਫੀਸ ਪੇ ਕਰਨ ਲਈ, ਤੁਹਾਨੂੰ ਕ੍ਰੈਡਿਟ ਚੱਕਣੇ ਪੈਣਗੇ ਜੋ ਕਿ ਬਾਅਦ 'ਚ ਉਤਾਰਨੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਨੇ। ਕਿ ਤੁਸੀਂ ਆਪਣੀ ਇਹ ਚੀਜ਼ ਵੱਲ ਪੂਰਾ ਖਾਸ ਧਿਆਨ ਰੱਖਣਾ ਵਾ ਵੀ ਤੁਸੀਂ ਆਪਣੀ GIC ਦਾ $2 ਤਾਂ ਬਿਲਕੁਲ ਹੀ ਸਾਂਭ ਕੇ ਰੱਖਣਾ ਵਾ, ਉਹਨੂੰ ਤੁਸੀਂ ਬਿਲਕੁਲ ਵੀ ਯੂਜ਼ ਨਹੀਂ ਕਰਨਾ ਟਿਲ ਤੁਹਾਡੇ ਥਰਡ ਸਮੈਸਟਰ ਤੱਕ ਜਦੋਂ ਤੁਸੀਂ ਫੀਸ ਪੇ ਕਰਨੀ ਆ, ਤਾਂ ਉਸਨੂੰ ਤੁਸੀਂ ਆਪਣੀ ਫੀਸ ਪੇ ਕਰਨ ਲਈ ਯੂਜ਼ ਕਰਨਾ ਵਾ। ਸੋ ਤੁਹਾਡੇ ਕੋਲ ਕਿੰਨਾ ਹੋ ਗਿਆ ਇਸ ਟਾਈਮ? $8,000 ਪਲੱਸ $2,000, ਕਿੰਨਾ ਵੀ ਤੁਹਾਡੇ ਕੋਲ $10,000 ਇਸ ਟਾਈਮ ਤੁਹਾਡੇ ਕੋਲ ਪਿਆ ਵਾ ਜਦੋਂ ਤੁਸੀਂ ਸਪਟੈਂਬਰ ਸਮੈਸਟਰ ਦੀ ਸਟਾਰਟਿੰਗ ਕਰਨੀ ਆ, ਤਾਂ ਉਹਦੇ ਵਿੱਚੋਂ ਤੁਸੀਂ ਆਪਣਾ $7,000 ਦਾ ਪੇ ਕਰਤਾ ਤੁਹਾਡਾ ਫੀਸ, ਤੁਹਾਡੇ ਕੋਲ ਬਚ ਗਿਆ $3,000। ਤਾਂ ਇਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਹੀ ਆਪਣੇ ਅਗਲੇ ਸਮੈਸਟਰ ਦੀ ਜਿਹੜੀ ਫੀਸ ਆ ਉਹ ਇਕੱਠੀ ਕਰਨੀ ਸ਼ੁਰੂ ਕਰ ਦੇਣੀ ਆ। ਹੁਣ ਤੁਸੀਂ ਆਪਣੇ ਕਾਲਜ ਦੀ ਤੀਜੇ ਸਮੈਸਟਰ ਦੀ ਫੀਸ ਪੇ ਕਰਤੀ ਆ, ਅਤੇ ਤੁਹਾਡੇ ਅਕਾਊਂਟ 'ਚ ਬਚ ਗਏ ਨੇ ਤੁਹਾਡੇ ਕੋਲ $3,000। ਤੁਹਾਡੀ ਫੀਸ ਪੇ ਕਰਨ ਤੋਂ ਬਾਅਦ ਤੁਹਾਡੇ ਖਰਚੇ ਬਿਲਕੁਲ ਸਹੀ ਚੱਲ ਰਹੇ ਨੇ। ਜੇਕਰ ਤੁਸੀਂ ਕੋਈ ਫਾਲਤੂ ਖਰਚਾ ਨਹੀਂ ਕਰ ਰਹੇ, ਤੁਸੀਂ ਕਿਸੇ ਕਲੱਬ 'ਚ ਨਹੀਂ ਜਾ ਰਹੇ, ਤੁਸੀਂ ਕਿਸੇ ਕਲੱਬ 'ਚ ਨਹੀਂ ਜਾ ਰਹੇ, ਤਾਂ ਇਹ ਤੁਸੀਂ ਫਾਲਤੂ ਖਰਚੇ ਨਹੀਂ ਕਰ ਰਹੇ ਆਪਦੇ, ਤੁਸੀਂ ਨੋਰਮਲ ਖਰਚੇ ਕਰ ਰਹੇ ਹੋ ਜਿਹੜੇ ਕਿ ਆਪਾਂ ਪੁਰਾਣੀ ਵੀਡੀਓ ਦੇ ਜਿਹੜੇ ਖਰਚਿਆਂ ਬਾਰੇ ਗੱਲ ਕੀਤੀ ਸੀ। ਜੇ ਤੁਸੀਂ ਉਹੀ ਖਰਚੇ ਕਰ ਰਹੇ ਹੋ ਤਾਂ ਤੁਹਾਡੀ ਫੀਸ ਇਸ ਟਾਈਮ ਥਰਡ ਸਮੈਸਟਰ ਦੇ ਸਟਾਰਟਿੰਗ 'ਚ ਤੁਹਾਡੇ ਕੋਲ ਫੀਸ ਪੇ ਕਰਨ ਤੋਂ ਬਾਅਦ $3,000 ਤੁਹਾਡੇ ਕੋਲ ਬਚ ਜਾਣਾ ਚਾਹੀਦਾ ਵਾ। ਪਰ ਹੁਣ ਤੁਸੀਂ ਪਹੁੰਚ ਗਏ ਤੁਹਾਡੇ ਤੀਜੇ ਸਮੈਸਟਰ ਦੀ ਸਟਾਰਟਿੰਗ ਦੇ ਵਿੱਚ, ਪਾਰਟ ਟਾਈਮ ਜੋਬ ਕਰ ਰਹੇ ਹੋ ਤੁਸੀਂ ਹਜੇ ਵੀ, ਤੁਸੀਂ ਆਪਣੀ ਜੋਬ ਨਹੀਂ ਛੱਡਣੀ। ਹੁਣ ਤੁਸੀਂ ਅਗਰ ਤੀਜੇ ਸਮੈਸਟਰ ਸਟਾਰਟ ਹੋ ਗਿਆ ਵਾ, ਤਾਂ ਉਸ ਟਾਈਮ ਵੀ ਤੁਸੀਂ ਆਪਣੇ ਕੰਮ 'ਤੇ ਜਾਂਦੇ ਹੋ, 20 ਘੰਟੇ ਤੁਸੀਂ ਕੰਮ ਕਰਨਾ ਵਾ ਹਰ ਮੰਥ, ਸੇਮ ਥਿੰਗ ਹੋ ਗਈ ਫਿਰ, ਤੁਸੀਂ 20 ਆਵਰਸ ਕੰਮ ਕਰ ਰਹੇ ਹੋ, ਤੁਸੀਂ $250 ਇੱਕ ਵੀਕ ਦਾ ਕਮਾ ਰਹੇ ਹੋ, ਤੁਹਾਡੇ ਕੋਲ 4 ਮਹੀਨੇ ਨੇ, 250 ਨੂੰ ਗੁਣਾ ਕਰੋ, ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ 4 ਵੀਕ ਹੁੰਦੇ ਨੇ, 4 ਮਹੀਨੇ ਦੇ ਵਿੱਚ 16 ਵੀਕ ਹੁੰਦੇ ਨੇ, 16 ਨੂੰ ਗੁਣਾ ਕਰੋ 250 ਨਾਲ, ਤੁਹਾਡੇ ਬਣ ਗਏ $4,000। $4,000 ਤੁਸੀਂ ਕਮਾ ਲਿਆ, 3 ਤੁਹਾਡੇ ਕੋਲ ਪਹਿਲਾਂ ਸੇਵ ਪਿਆ ਸੀਗਾ, ਤੁਹਾਡਾ ਖਰਚਾ ਚੱਲ ਰਿਹਾ ਤੁਹਾਡੀ GIC ਨਾਲ, ਅਤੇ $4,000 ਤੁਸੀਂ ਪਲੱਸ ਕਰੋ ਆਪਣਾ $3,000, ਤੁਹਾਡਾ ਬਣ ਗਿਆ $7,000, ਅਤੇ ਤੁਹਾਡੇ ਚੌਥੇ ਸਮੈਸਟਰ ਦੀ ਫੀਸ ਵੀ ਨਿਕਲ ਗਈ। ਇਹ ਸਿਰਫ ਤੁਹਾਡੀ ਪਾਰਟ ਟਾਈਮ ਜੋਬ ਦੇ ਨਾਲ ਤੁਸੀਂ ਆਪਣੀ ਫੀਸ ਕੱਢ ਲਈ। ਜੇਕਰ ਤੁਸੀਂ ਇਸ ਪਲੈਨ ਦੇ ਨਾਲ ਚੱਲਦੇ ਹੋ ਤਾਂ ਤੁਹਾਡੇ ਚੌਥੇ ਸਮੈਸਟਰ ਦੇ ਸਟਾਰਟਿੰਗ ਤੱਕ ਤੁਹਾਡੀ ਪਾਰਟ ਟਾਈਮ ਜੋਬ ਦੇ ਨਾਲ ਤੁਹਾਡੀ ਫੀਸ ਬਿਲਕੁਲ ਹੀ ਨਿਕਲ ਜਾਂਦੀ ਆ। ਤੁਹਾਨੂੰ ਕੋਈ ਵੀ ਐਕਸਟਰਾ ਕ੍ਰੈਡਿਟ ਕਾਰਡ ਨਹੀਂ ਲੈਣਾ ਪੈਂਦਾ, ਤੁਹਾਨੂੰ ਕੋਈ ਵੀ ਕਿਸੇ ਕੋਲ ਪੈਸੇ ਮੰਗਣੇ ਨਹੀਂ ਪੈਂਦੇ, ਹੈ ਨਾ। ਪਰ ਇਸ ਚੀਜ਼ ਤੁਹਾਨੂੰ ਇਹ ਧਿਆਨ ਰੱਖਣਾ ਕਿ ਤੁਸੀਂ ਆਪਣੇ ਘਰ ਕੁਛ ਵੀ ਨਹੀਂ ਭੇਜ ਪਾਓਗੇ, ਕਿਉਂਕਿ ਤੁਸੀਂ ਆਪਦੀ ਹੀ ਫੀਸ ਮਸਾਂ ਬਹੁਤ ਮੁਸ਼ਕਿਲ ਨਾਲ ਕੱਢ ਪਾਓਗੇ। ਪਰ ਜੇ ਤੁਹਾਨੂੰ ਸਾਈਡ ਬਾਈ ਸਾਈਡ ਕੋਈ ਕੈਸ਼ 'ਤੇ ਸ਼ਿਫਟ ਮਿਲ ਜਾਂਦੀ ਆ, ਤੁਸੀਂ ਉਹ ਲਾਉਂਦੇ ਹੋ, ਤਾਂ ਤੁਹਾਡਾ ਜਿਹੜਾ ਹੱਥ ਵਾ ਇੰਨਾ ਜ਼ਿਆਦਾ ਟਾਈਟ ਨਹੀਂ ਹੁੰਦਾ, ਤੁਸੀਂ ਈਜ਼ੀਲੀ, ਹੈ ਨਾ, ਫੀਸ ਆਪਣੀ ਮੈਨੇਜ ਕਰ ਸਕਦੇ ਹੋ। ਪਰ ਜੇ ਤੁਹਾਡੇ ਕੋਲ ਸਿਰਫ ਪਾਰਟ ਟਾਈਮ ਜੋਬ ਆ, ਤਾਂ ਤੁਸੀਂ ਜੇ ਪਾਰਟ ਟਾਈਮ ਹੀ ਜੋਬ ਕਰਦੇ ਹੋ 20 ਆਵਰਸ, ਤਾਂ ਤੁਸੀਂ ਆਪਣੀ ਫੀਸ ਈਜ਼ੀਲੀ ਕੱਢ ਸਕਦੇ ਹੋ। ਪਰ ਤੁਹਾਨੂੰ ਥੋੜ੍ਹਾ ਜਿਹਾ ਹਾਰਡ ਵਰਕ ਕਰਨਾ ਪਊਗਾ, ਤੁਹਾਨੂੰ ਜੋਬ ਪਹਿਲੇ ਦਿਨ ਤੋਂ ਹੀ ਫਾਈਂਡ ਕਰਨੀ ਪਊਗੀ, ਤਾਂ ਕਿ ਤੁਹਾਨੂੰ ਅੱਗੇ ਜਾ ਕੇ ਸਟਰਗਲ ਜ਼ਿਆਦਾ ਨਾ ਕਰਨੀ ਪਵੇ, ਕਿਉਂਕਿ ਜੋਬਸ ਜਿਹੜੇ ਨੇ ਮੋਸਟਲੀ ਮਿਲ ਜਾਂਦੇ ਨੇ, ਪਰ ਤੁਹਾਨੂੰ ਥੋੜ੍ਹੀ ਕੋਸ਼ਿਸ਼ ਕਰਨੀ ਪੈਂਦੀ ਆ ਪਾਰਟ ਟਾਈਮ ਜੋਬਸ ਲੱਭਣ ਲਈ। ਅਤੇ ਹੁਣ ਜੇ ਆਪਾਂ ਗੱਲ ਕਰੀਏ, ਤੁਹਾਡੀ ਫੀਸ ਬਿਲਕੁਲ ਸਹੀ ਤਰੀਕੇ ਨਾਲ ਭਰੀ ਗਈ ਆ, ਪਰ ਤੁਸੀਂ ਚੌਥੇ ਸਮੈਸਟਰ ਤੋਂ ਬਾਅਦ ਤੁਹਾਡੀ ਜਿਹੜੀ GIC ਆ ਉਹ ਚੌਥੇ ਸਮੈਸਟਰ ਦੀ ਸਟਾਰਟਿੰਗ ਦੇ ਵਿੱਚ ਖਤਮ ਹੋ ਜਾਂਦੀ ਆ। ਜਦੋਂ ਤੁਹਾਡਾ ਚੌਥਾ ਸਮੈਸਟਰ ਸ਼ੁਰੂ ਹੁੰਦਾ ਵਾ, ਉਦੋਂ ਤੁਹਾਡੀ GIC ਖਤਮ ਹੋ ਜਾਂਦੀ ਆ। GIC ਸਿਰਫ 12 ਮਹੀਨੇ ਲਈ ਹੁੰਦੀ ਆ, 3 ਸਮੈਸਟਰ ਖਤਮ ਹੋ ਗਏ, ਤੁਹਾਡੀ GIC ਚੌਥੇ ਸਮੈਸਟਰ ਦੇ ਸ਼ੁਰੂ ਵਿੱਚ ਖਤਮ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ, ਕਿਉਂਕਿ ਤੁਸੀਂ ਚੌਥੇ ਸਮੈਸਟਰ ਦੀ ਫੀਸ ਹੀ ਭਰ ਦਿੱਤੀ ਆ, ਤੁਹਾਡੀ GIC ਵੀ ਖਤਮ ਹੋ ਗਿਆ, ਤਾਂ ਹੁਣ ਤੁਸੀਂ ਨੋਰਮਲੀ ਆਪਣਾ ਜਿਹੜਾ ਖਰਚਾ ਉਹ ਚਲਾ ਸਕਦੇ ਹੋ, ਕਿਉਂਕਿ ਹੁਣ ਤੁਸੀਂ ਜੋ ਕਮਾਉਣਾ ਵਾ ਉਹ ਤੁਸੀਂ ਆਪਦੇ ਲਈ ਹੀ ਵਰਤਣਾ ਵਾ, ਨਾ ਕਿ ਤੁਸੀਂ ਕਾਲਜ ਦੀ ਫੀਸ ਪੇ ਕਰਨੀ। ਹੁਣ ਕੋਈ ਹੁਣ ਤੁਹਾਡਾ ਕੋਈ ਖਰਚਾ ਨਹੀਂ ਗਾ। ਉਸ ਤੋਂ ਬਾਅਦ ਤੁਸੀਂ ਆਪਣੇ ਘਰ ਪੈਸੇ ਭੇਜਣਾ, ਜਾਂ ਤੁਸੀਂ ਕੁਝ ਵੀ ਕਰਨਾ ਉਹਨਾਂ ਪੈਸੇ ਨਾਲ ਤੁਸੀਂ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਪਲੈਨ ਦੇ ਨਾਲ ਚੱਲਦੇ ਹੋ ਤਾਂ ਤੁਹਾਡਾ ਜਿਹੜਾ ਵਾ ਬੈਨੀਫਿਟ ਬਹੁਤ ਹੀ ਜ਼ਿਆਦਾ ਹੋ ਜਾਂਦਾ ਵਾ, ਤੁਹਾਨੂੰ ਕਿਸੇ ਤੋਂ ਪੈਸੇ ਮੰਗਣੇ ਨਹੀਂ ਪੈਂਦੇ, ਤੁਹਾਨੂੰ ਆਪਦੀ ਫੀਸ ਆਪਣੇ ਆਪ ਹੀ ਭਰੀ ਜਾਂਦੀ ਆ। ਤਾਂ ਇਸ ਪਲੈਨ ਦੇ ਥੋੜ੍ਹਾ ਤੁਸੀਂ ਆਪਣਾ ਧਿਆਨ ਦਿਓ, ਅਤੇ ਤੁਸੀਂ ਨੋਟਸ ਬਣਾ ਕੇ ਰੱਖ ਲਓ ਇਸ ਪਲੈਨ ਦੇ ਵਿੱਚੋਂ ਵੀ ਤੁਸੀਂ ਆਪਦੀ ਫੀਸ ਕਿਵੇਂ ਕੱਢਣੀ ਆ, ਕਿਵੇਂ ਪੇ ਕਰਨੀ ਆ। ਅਤੇ ਜਿਹੜੀ ਮੈਂ ਤੁਹਾਨੂੰ ਟਿਪ ਦੀ ਗੱਲ ਕੀਤੀ ਸੀ, ਉਹ ਟਿਪ ਇਹੀ ਆ ਕਿ ਆਪਣੀ ਫੀਸ ਪੇ ਕਰਨ ਦਾ ਜਿਹੜਾ ਮੇਨ ਟ੍ਰਿਕ ਹੈਗੀ ਆ ਉਹ ਇਹੀ ਹੈਗੀ ਆ ਕਿ ਸੇਵ ਮਨੀ, ਖਰਚਾ ਘੱਟ ਕਰੋ ਬਚਾਓ ਜ਼ਿਆਦਾ। ਜਿੰਨਾ ਤੁਸੀਂ ਸੇਵ ਕਰੋਗੇ ਉਨਾ ਤੁਹਾਡੀ ਲਾਈਫ ਈਜ਼ੀ ਹੋਊਗੀ, ਖਰਚੇ ਘੱਟ ਕਰੋ ਅਤੇ ਕਮਾਓ ਜ਼ਿਆਦਾ। ਜੇ ਤੁਸੀਂ ਨੋਰਮਲ ਵੀ ਕਮਾਉਂਦੇ ਹੋ ਪਾਰਟ ਟਾਈਮ ਜੋਬ ਕਰਕੇ ਵੀ, ਜੇ ਤੁਸੀਂ ਖਰਚੇ ਘੱਟ ਕਰਦੇ ਹੋ, ਤੁਸੀਂ ਆਪਣੇ ਨੋਰਮਲ ਖਰਚੇ ਕਰਦੇ ਹੋ, ਤੁਸੀਂ ਕੋਈ ਗੱਡੀ ਨਹੀਂ ਲੈਂਦੇ, ਕਿਉਂਕਿ ਕਈ ਸੋਚਦੇ ਨੇ ਕਿ ਜੇ ਅਸੀਂ ਗੱਡੀ ਲੈ ਲਈਏ ਨਾ
ਤਾਂ ਸਾਨੂੰ ਅਸੀਂ ਸਕਿੱਪ ਕਰ ਲਾਂਗੇ, ਅਸੀਂ ਉਬਰ ਕਰ ਲਾਂਗੇ ਤਾਂ ਉਹਦੇ ਸਾਡੇ ਪੈਸੇ ਬਹੁਤ ਕਮਾਏ ਜਾਣਗੇ, ਪਰ ਤੁਹਾਨੂੰ ਇਹ ਵੀ ਸੋਚਣਾ ਪਊਗਾ ਕਿ ਜਦੋਂ ਤੁਸੀਂ ਗੱਡੀ ਲੈਂਦੀ ਤਾਂ ਗੱਡੀ ਦੇ ਖਰਚੇ ਵੀ ਬਹੁਤ ਵੱਧ ਜਾਣਗੇ। ਟੋਰਾਂਟੋ ਵਿੱਚ ਖਾਸ ਕਰਕੇ ਬ੍ਰੈਂਪਟਨ ਏਰੀਆ ਦੇ ਵਿੱਚ ਨਵੇਂ ਸਟੂਡੈਂਟ ਨੂੰ ਜਿਹੜੀ ਗੱਡੀ ਮਿਲਦੀ ਆ ਉਹਦਾ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਹ ਤਾਂ ਨੋਰਮਲੀ ਇੰਸ਼ੋਰੈਂਸ $600 ਦੀ ਹੁੰਦੀ ਆ, ਹੈ ਨਾ। ਮੇਰੀ 500 ਦੀ ਸੀਗੀ ਉੱਥੇ ਇੰਸ਼ੋਰੈਂਸ, ਤਾਂ ਨੋਰਮਲ 600-700 ਦੀ ਇੰਸ਼ੋਰੈਂਸ ਉੱਥੇ ਹੁੰਦੀ ਆ, ਤਾਂ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਸੋਚ ਕੇ ਗੱਡੀ ਵੀ ਜੇ ਲੈਣੀ ਆ ਸੋਚ ਕੇ ਲੈਣੀ ਪੈਂਦੀ ਆ ਵੀ ਮੈਂ ਹੁਣ ਲਵਾਂ ਕਿ ਨਾ ਲਵਾਂ। ਤਾਂ ਫੀਸ ਤੁਹਾਡੀ ਪੇ ਕਰਨ ਦਾ ਮੇਨ ਤਰੀਕਾ ਇਹੀ ਆ ਕਿ ਸੇਵ ਮਨੀ, ਖਰਚਾ ਘੱਟ ਕਰੋ, ਪੈਸੇ ਬਚਾਓ। ਅਤੇ ਇਹ ਸੀ ਅੱਜ ਦੀ ਆਪਣੀ ਵੀਡੀਓ। ਜੇ ਤੁਸੀਂ ਇਹ ਤਰੀਕਾ ਫੋਲੋ ਕਰੋਗੇ ਤੁਹਾਡੀ ਜਿਹੜੀ ਫੀਸ ਆ ਉਹ ਸੇਮ ਤਰੀਕੇ ਨਾਲ ਪੇ ਹੋਜੂਗੀ, ਕਿਉਂਕਿ ਦੈਟਸ ਨੋਟ ਡਿਫੀਕਲਟ ਕਿ ਤੁਸੀਂ ਆਪਣੀ ਫੀਸ ਨਾ ਕੱਢ ਸਕੋ, ਇਟਸ ਵੈਰੀ ਈਜ਼ੀ। 20 hours ਕੰਮ ਕਰਕੇ ਤੁਸੀਂ ਆਪਣੀ ਫੀਸ ਈਜ਼ੀਲੀ ਪੇ ਕਰ ਸਕਦੇ ਹੋ, ਅਤੇ ਉਹ ਤੁਹਾਨੂੰ ਆਪਣੇ ਪਲਾਨ ਦੇ ਵਿੱਚ ਦਿਖਾਈ ਦਿੱਤਾ ਵੀ ਇਹ ਪਲਾਨ ਕਿਵੇਂ ਕੰਮ ਕਰੂਗਾ। ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀਗਾ, ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹੋਰ ਨੌਲੇਜ ਵਾਲੀਆਂ ਵੀਡੀਓ ਆਪਾਂ ਅੱਗੇ ਲੈ ਕੇ ਆਉਂਦੇ ਰਹਾਂਗੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਤੁਹਾਨੂੰ ਕੋਈ ਹੈਲਪ ਹੋਈ ਆ ਦੱਸਿਓ। ਜੇ ਤੁਹਾਨੂੰ ਕੋਈ ਲੋੜ ਹੋਇਆ ਕਿਸੇ ਹੈਲਪ ਚਾਹੀਦੀ ਹੈ ਕਿਸੇ ਚੀਜ਼ ਦੀ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ, ਉੱਥੇ ਤੁਹਾਡੀ ਆਪਾਂ ਹੈਲਪ ਕਰ ਦਾਂਗੇ। ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਅੱਜ ਦੇ ਲਈ ਇੰਨਾ ਹੀ, ਬਾਏ ਬਾਏ।